ਮੈਂ ਸਟੈਪ ਬਾਈ ਸਟੈਪ ਟੱਪ ਕੇ ਪੂਰੀ ਬਾਹ ਖਿੱਚ ਕੇ ਮੈਂ ਬਾਈ ਉੱਪਰ ਸਟੇਜ ਤੇ ਚੜਿਆ ਤੇ ਸੀਐਮ ਸਾਹਿਬ ਦੀ ਐਸਰਟ ਬਾਹ ਫੜ ਕੇ ਬਾਈ ਮੈਂ ਉਹਨੂੰ ਮੰਗ ਪੱਤਰ ਦਿੱਤਾਗਾ ਤਾ ਵੀ ਕਦੋਂ ਤੁਹਾਨੂੰ ਹਟਾਇਆ ਜੋ ਕੋਈ ਕਰਦਾ ਕੋਈ ਨੋਟਿਸ ਨਹੀਂ ਦਿੰਦਾ ਨਾ ਵੀਰੇ ਦਿੰਦੀਆਂ ਨੇ ਕੰਪਨੀਆਂ ਇਹ ਇਹ ਠੇਕੇਦਾਰੀ ਸਿਸਟਮ ਹੈ ਦਾ ਚੱਪ ਕਰਕੇ ਆ ਕੇ ਬਸ ਇੰਨੀ ਸੇਤੀ ਵਧਦੀ ਲਾਹੰਦੇ ਨੇ ਉੰਨੀ ਸੇਤੀ ਮਾਂ ਜਦੋਂ ਆਪਾਂ ਸੋਟ ਨੂੰ ਨਹਾਉਣਿਆਂ ਮਿੱਕਰ ਨਹੀਂ ਲਾਉਂਦੀ ਜਵਾਕ ਦੇ ਕੱਪੜੇ ਨਹੀਂ ਲਾਉਂਦੇ ਜਿੰਨੀ ਸੇਤੀ ਇਹ ਲਾਹ ਦਿੰਦੇ ਨੇ ਇਹ ਜਿਹੜੇ ਜਿਨ੍ਹਾਂ ਨੂੰ ਮਿਲਿਆ ਹੋਇਆ ਅਫਸਰਾਂ ਨੂੰ ਇਹ ਲਾਇਸੈਂਸ ਨੇ ਉਹ ਆਈਪੀਐਸ ਅਫਸਰ ਨੇ ਸਾਰੇ ਬਾਈ ਜੀ ਉਹ ਉਹ ਪਹਿਲਾ ਕੈਪਟਨ ਸਾਹਿਬ ਤੀਨੂੰ ਜਾ ਕੇ ਸਲੂਟ ਮਾਰਦੇ ਸੀ ਕਿਉਂਕਿ ਸੋਲਜਰ ਭਰਾਤੀਆ ਉਹਨਾਂ ਦਾ ਉਹਨਾਂ ਨੇ ਇੰਦਾ ਧੱਕਾ ਕਰਤਾ ਕੈਪਟਨ ਸਾਹਿਬ ਨੇ ਸਾਡਾ 16 ਦਾ 2016 21 ਦਾ 16 ਜੱਗਬਣੀ ਜਾ ਕੇ ਕੱਢ ਕੇ ਦੇਖ ਲਿਓ ਨਰਿੰਦਰ ਮੋਦੀ ਨੇ ਸੈਂਟਰ ਦੀ ਸਰਕਾਰ ਨੇ ਜਿਹੜਾ ਰੇਟ ਸੀ ਗਨਮੈਨਾਂ ਦਾ 25000 ਕਰਿਆ ਸੀ ਤੇ ਗਾਰਡ ਦਾ ਕਰਦੀ 15000 ਜਿਹੜਾ ਕਿ ਅੱਜ 10 10% ਵੱਧ ਕੇ 30199 ਰੁਪਏ ਰੇਟ ਆ ਸਾਡਾ ਪਰ ਸਾਨੂੰ ਮਿਲਦਾ 10872 ਵੀ ਕੱਢ ਕੇ ਦੇਖ ਲੋ ਤੁਰੀ ਤੋਂ ਬਲੌਂਗ ਕਰਦਾ ਭਗਵੰਤ ਮਾਨ ਸਾਹਿਬ ਤੁਹਾਡੇ ਨਾਲ ਉਦੋਂ ਦੇ ਤੁਰੇ ਹੋਇਆ ਅੱਜ ਤੋਂ 8-9 ਸਾਲ 10 ਸਾਲ ਪਹਿਲਾਂ ਦੇ ਤੁਰੇ ਹੋਇਆ ਜਿਹੜਾ ਤੁਸੀਂ ਵਾਦਾ ਕੀਤਾ ਸੀ ਵੀ ਬੇਰਜਗਾਰੀ ਲਈ ਮੇਰਾ ਹਰਾ ਪੈਨ ਚੱਲੂਗਾ ਪਰ ਸਾਡੇ ਲਈ ਲਾਲ ਪੈਨ ਚੱਲ ਚੁੱਕਿਆ ਅਸੀਂ 1200 1100 ਬੰਦਾ ਸਿਵਲੀਆਂ ਆਣਾ ਸਾਡੇ ਬੱਚਿਆਂ ਦੀਆਂ ਫੀਸਾਂ ਸਰ ਦੇ ਸਾਡੇ ਘਰ ਦੇ ਜਿਹੜੇ ਹੋਰ ਖਰਚੇ ਨੇ ਅਸੀਂ ਕਿੱਥੋਂ ਚਲਾਵਾਂਗੇ ਸਾਡੇ ਜਿੰਨੇ ਵੀ ਬਜ਼ੁਰਗ ਘਰੇ ਬੈਠੇ ਨੇ ਅਸੀਂ ਕਿੱਥੋਂ ਦਵਾਈਆਂ ਦਵਾਵਾਂਗੇ ਕੋਈ ਸਾਨੂੰ ਸਹੂਲਤ ਨਹੀਂ ਕੋਈ ਸਾਡਾ ਬੀਮਾ ਨਹੀਂ ਸਾਡੀ ਡਿਊਟੀ ਦੇਖੋ ਕਿੱਥੇ ਆ ਸਾਡਾ 10769 ਰੁਪਏ ਤਰਫੋਂ 10769 ਰੁਪਈਆਂ ਦੇ ਵਿੱਚੋਂ ਤਾਂ 10000 ਦਾ ਤੇਲ ਮੱਚ ਜਾਂਦਾ ਮਗਰ ਰਹਿ ਗਿਆ 7000 ਉਹ ਵੀ 7000 ਨਵੀਂ ਸਰਕਾਰ ਜਾਂ ਤੋਂ ਖੋ ਰਹੀ ਆ ਅਸੀਂ 92% ਦਿੱਤੀਆਂ ਨੇ ਇਹਨਾਂ ਨੂੰ ਵੋਟਾਂ પા ਕੇ ਸਾਡੀਆਂ ਖੁਦਗਿਸ਼ੀਆਂ ਹੁੰਦੀਆਂ ਦੇਖੋ ਤੁਸੀਂ 31 ਤਰੀਕ ਤੋਂ ਬਾਅਦ 8 31 ਦਾ ਟਾਈਮ ਟਾਈਮ ਦਿੱਤਾ ਇਹਨਾਂ ਨੇ ਸਾਨੂੰ ਬੱਸ ਕੋ ਕੰਪਨੀ ਨਾਲ ਇਸੇ ਛੇ ਮਹੀਨੇ ਦਾ ਟਾਈਮ ਦਿੱਤਾ ਪਾਇਆ ਹੈ ਛੇ ਮਹੀਨੇ ਦੀ 31 ਤਰੀਕ ਤੋਂ ਬਾਅਦ ਸਾਨੂੰ ਘਰੇ ਤੋਰਿਆ ਜਾਊਗਾ ਇਸ ਤੋਂ ਬਾਅਦ 1100 ਬੰਦੇ ਦੇ ਵਿੱਚੋਂ 500 ਬੰਦੇ ਦੀਆਂ ਲਾਸਾਂ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਤੂਰੀ ਵਿਖੇ ਪਹੁੰਚੇ ਪਹੁੰਚਣ ਤੋਂ ਬਾਅਦ ਉਹਨਾਂ ਨੇ ਵੱਡੇ ਐਲਾਨ ਕੀਤੇ ਸੰਬੋਧਨ ਕੀਤਾ ਕੈਬਨਟ ਮਨਿਸਟਰ ਵੀ ਇੱਥੇ ਪਹੁੰਚੇ ਅਤੇ ਐਮ ਐਲ ਏ ਵੀ ਪਹੁੰਚੇ ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਸੰਗਰੂਰ ਚ ਅੱਜ ਮੁੱਖ ਮੰਤਰੀ ਪੰਜਾਬ ਰਹੇ ਇੱਥੇ ਆਪਣੀਆਂ ਮੰਗਾਂ ਜਾਂ ਆਪਣੇ ਮੰਗ ਪੱਤਰ ਦੇਣ ਲਈ ਜਥੇਬੰਦਕਾ ਅੱਗੂ ਵੀ ਪਹੁੰਚੇ ਨੇ ਕਿਉਂਕਿ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਕੋਆਪਰੇਟਿਵ ਸੁਸਾਇਟੀਆਂ ਚ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕੋਆਪਰੇਟਿਵ ਬੈਂਕਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਉੱਥੇ ਗਨਮੈਨ ਨੇ ਇਹ ਇਹਨਾਂ ਨੇ ਮੰਗ ਪੱਤਰ ਦੇਣਾ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ ਵੀ ਆ ਧਿਆਨ ਚ ਵੀ ਲਿਆ ਰਹੇ ਨੇ ਗੱਲਬਾਤ ਗੱਲਬਾਤ ਕਰਾਂਗੇ ਵੀ ਕਿਹੜੀ ਕਿਹੜੀ ਤੁਹਾਨੂੰ ਮੁਸ਼ਕਲ ਆ ਰਹੀ ਹੈ ਜਾਂ ਕੀ ਪ੍ਰੋਬਲਮ ਆ ਰਹੀ ਹੈ ਬਾਈ ਜੀ ਕਿਹੜੀ ਪਹਿਲਾਂ ਤੋਂ ਤੁਹਾਡੀ ਗਨਮੈਨ ਯੂਨੀਅਨ ਆ ਇਹ ਹਾਂਜੀ ਹਾਂਜੀ ਸਰ ਸਾਡੀ ਯੋਨੀਆ ਨਾ ਬਾਜੀ ਜੀ ਸਿਵਲ ਗਨ ਗਨ ਮੈਨਾ ਸਿਵਲ ਹੀ ਗਾੜੀ ਯੋ ਨੀਆ ਨੀ ਕੀ ਕੀ ਪ੍ਰੋਬਲਮਾਂ ਤੁਹਾਨੂੰ ਮਤਲਬ ਕੀ ਦਿੱਕਤਾਂ ਨੇ ਜਿਹੜੀਆਂ ਤੁਸੀਂ ਮੰਗ ਪੱਤਰ ਦੇਣ ਪਹੁੰਚੇ ਅੱਜ ਅ ਪਹਿਲਾਂ ਤਾਂ ਜੀ ਮੇਰਾ ਨਾਮ ਅਵਤਾਰ ਸਿੰਘ ਹੈ ਜੀ ਮੇਰਾ ਜ਼ਿਲ੍ਹਾ ਫਰੀਦਕੋਟ ਆ ਮੈਂ ਇੰਨੇ ਲੰਬੇ ਦੂਰ ਤੱਕ ਰਵੇ ਜੀ ਤਾਂ ਆਇਆ ਵੀ ਸਾਡੇ ਜਿਹੜੇ 1200 ਮੁਲਾਜ਼ਮ ਹਨ ਉਹ ਪੰਜਾਬ ਸਰਕਾਰ ਬੇਰੋਜ਼ਗਾਰ ਕਰਨ ਜਾ ਰਹੀ ਆ ਸਾਡੀ ਰੋਟੀ ਦਾ ਮਸਲਾ ਬਾਜੀ ਕਿਉਂਕਿ ਅਸੀਂ ਰੋਟੀ ਮਾਰੇ ਭੱਜੇ ਫਿਰਦੇ ਆ ਠੀਕ ਹੈ ਹੁਣ ਤੁਸੀਂ ਗਨਮੈਨ ਹੋ ਜਨੀ ਕਿ ਸਿਵਿਲਿਅਨ ਗਨਮੈਨ ਸਿਵਿਲ ਗਨਮੈਨ ਸਿਵਿਲ ਗਾਰਡ ਆ ਜੀ ਏਟੀਐਮ ਤੇ ਡਿਊਟੀ ਕਰਦੇ ਸਾਡੇ 1200 ਮੁੰਡਾ ਹੀ ਅਸੀਂ ਜੀ ਸਰ ਇਹ ਜਿਨ੍ਹਾਂ ਨੂੰ 30-30 ਹਜ਼ਾਰ ਰੁਪਏ ਪੈਨਸ਼ਨ ਮਿਲਦੀ ਹੈ ਸਾਬਕਾ ਫੌਜੀ ਹੈ ਉਹਨਾਂ ਨੂੰ ਰੱਖ ਰਹੇ ਆ ਜਿਹੜਾ ਸਾਡੇ 10-10 ਹਜ਼ਾਰ ਰੁਪਏ ਤਨਖਾਹ ਤੇ ਅਸੀਂ ਟਾਈਮ ਪਾਸ ਕਰਦੇ ਆ ਸਾਨੂੰ ਕੱਢ ਰਹੀ ਹੈ ਐਕਸਮੈਨ ਤਾਂ ਪਹਿਲੇ 30-30 ਹਜ਼ਾਰ ਰੁਪਏ ਲੈ ਰਹੇ ਹੈ ਨਹੀਂ ਨਹੀਂ ਤੁਹਾਨੂੰ ਕੱਢ ਰਹੇ ਨੇ ਐਕਸਮੈਨ ਨੂੰ ਰੱਖਣਗੇ ਜਾਨੀ ਕਿ ਤੁਹਾਨੂੰ ਕੱਢ ਕੇ ਸਾਨੂੰ ਕੱਢ ਕੇ ਐਕਸਮੈਨ ਨੂੰ ਰੱਖਣਗੇ ਤੇ ਉਹਨਾਂ ਦਾ ਤਾਂ ਪਹਿਲਾਂ ਚਲੋ ਚੱਲਦੀ ਹੈ ਪੈਨਸ਼ਨ ਚੱਲਦੀ ਹੈ ਸਾਡਾ ਕਿੰਨੇ ਕਿੰਨੇ ਸਮੇਂ ਤੋਂ ਤੁਸੀਂ ਕੰਮ ਕਰ ਰਹੇ ਹੋ ਉੱਥੇ ਇਸ ਕੰਪਨੀ ਦੇ ਵਿੱਚ 2 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ ਤੇ ਹੋਰ ਸਾਡਾ ਕੋਈ ਰੋਜ਼ਗਾਰ ਨਹੀਂ ਸਾਡੇ ਜਿਹ ਸਾਡੇ ਮਾਰੇਗੇ ਇਸੇ 10-11000 ਰੁਪਏ ਚ ਅਸੀਂ ਬੱਚੇ ਪਾਲਦੇ ਆ ਜੇ ਸਾਡੀ ਇਹ ਨੌਕਰੀ ਚਲੀ ਗਈ ਤਾਂ ਸਪੈਰਾ ਸੇ ਕੀ ਕਰਾਂਗੇ ਠੀਕ ਹੈ ਭਾਈ ਜੀ ਮੰਗ ਪੱਤਰ ਦੇ ਤਾਂ ਬੇਸੇ ਤੁਸੀਂ ਭਾਈ ਜੀ ਮੈਂ ਮੰਗ ਪੱਤਰ ਚੀਮਾ ਸਾਹਿਬ ਨੂੰ ਹੀ ਫਰੌਮ ਤੇ ਸਫਲ ਰਿਹਾ ਤਾਂ ਉਹਨਾਂ ਨੇ 10 ਮਿੰਟ ਇੱਥੋਂ 2 ਕਿਲੇ ਦੀ ਬਾਹੀ ਤੋਂ ਲੈ ਕੇ ਸਟੇਜ ਤੱਕ ਉਹਨਾਂ ਨੂੰ ਮੈਂ ਨਾਲ ਹੀ ਗਿਆਗਾ ਤੇ ਉਹਨੂੰ ਪੂਰੀ ਤਰ੍ਹਾਂ ਸਮਝਾਇਆਗਾ ਉਸ ਤੋਂ ਬਾਅਦ ਬਾਈ ਸੀਐਮ ਸਾਹਿਬ ਕੋਲੇ ਤੁਹਾਨੂੰ ਪਤਾ ਵੀ ਸਕਿਉਰਿਟੀ ਕਿੰਨੀਆਂ ਜਾਣ ਨਹੀਂ ਦਿੰਦੇ ਪਰ ਫਿਰ ਵੀ ਬਾਈ ਮੈਂ ਸਟੈਪ ਵਾਈਜ਼ ਸਟੈਪ ਆਪਣੇ ਵੀਰਾਂ ਦੀ ਖਾਤਰ ਆਪਣੇ ਖਾਤਰ ਮੈਂ ਸਟੈਪ ਵਾਈਜ਼ ਸਟੈਪ ਸਟੈਪ ਵਾਈਜ਼ ਸਟੈਪ ਜਾ ਕੇ ਐਂਡ ਤੇ ਮੈਂ ਸਟੇਜ 'ਤੇ ਚੜਨ ਤੇ ਸਫਲ ਰਿਹਾ ਬਾਈ ਪੂਰੇ ਘੇਰੇ 'ਚੋਂ ਟੱਪ ਕੇ ਮੈਂ ਗਿਆਗਾ ਮੈਨੂੰ ਬਹੁਤ ਸਕਿਉਰਿਟੀ ਨੇ ਰੋਕਿਆ ਤੁਹਾਨੂੰ ਪੱਤਰਕਾਰ ਭਰਾਵਾਂ ਨੂੰ ਪਤਾ ਹੀ ਆ ਵੀ ਕਿਵੇਂ ਜਾਣ ਨਹੀਂ ਦਿੰਦੇ ਵੀਏਪੀ ਬਾਈ ਮੈਂ ਸਟੈਪ ਬਾਈ ਸਟੈਪ ਟੱਪ ਕੇ ਪੂਰੀ ਬਾਹ ਖਿੱਚ ਕੇ ਮੈਂ ਬਾਈ ਉੱਪਰ ਸਟੇਜ ਤੇ ਚੜਿਆ ਤੇ ਸੀਐਮ ਸਾਹਿਬ ਦੀ ਐਸਲਟ ਬਾਹ ਫੜ ਕੇ ਬਾਈ ਮੈਂ ਉਹਨੂੰ ਮੰਗ ਪੱਤਰ ਦਿੱਤਾਗਾ ਤੇ ਉਹਨੂੰ ਸਮਝਾਇਆਗਾ ਅੱਗੇ ਜੇ ਨਾ ਕਰੇ ਦੇਖੋ ਵੀ ਰਜਤੂ ਬਾਤ ਤਾਂ ਕਰ ਨਹੀਂ ਸਕਦੇ ਹੈਗੇ ਉਹਦੇ ਬਾਅਦ ਇਸ ਸਟੈਪ ਜ਼ਰੂਰ ਚੱਕਾਂਗੇ ਕਿਉਂਕਿ ਸਾਡੇ ਨਾਲ ਪੂਰੇ ਅੱਜ ਕੋਈ ਜਲੰਧਰ ਤੋਂ ਆਏ ਨੇ ਮਕਪੂਰ ਥਲਿਆ ਤੋਂ ਵੀ ਆਏ ਨੇਗੇ ਅੱਜ ਹਾਜ਼ਰੀ ਲਵਾਈ ਆ ਨਮਾ ਸ਼ਹਿਰ ਤੋਂ ਸਰਾਬਾ ਨਗਰ ਤੋਂ ਅਜਨਾਲੇ ਤੋਂ ਕਪੂਰਥਲਾ ਤੋਂ ਮਾਨਸਾ ਬਾਈ ਫਰੀਦਕੋਟ ਤੋਂ ਆਏ ਨੇ ਮੁਕਸਰ ਤੋਂ ਆਏ ਨੇ ਪੂਰੇ ਪੰਜਾਬ ਚੋਂ ਆਏ ਹੋਏ ਨੇ ਸਾਰੇ ਆਏ ਨੇ ਬਾਈ ਜੀ ਜਿਵੇਂ ਜੇ ਦੁਬਾਰਾ ਦੇਖੋ ਮਾਨ ਸਾਹਿਬ ਨੇ ਹੁਣ ਸਰ ਸੌ ਚੱਕਣ ਸਰ ਥੋੜੇ ਸਾਇਦ ਸਾਰਿਆਂ ਦੇ ਮਾਮਲਾ ਧਿਆਨ ਚ ਹੋਵੇ ਕਿਹਾ ਤੀਆ ਵੀ ਇੱਕ ਸਾਲ ਕੋਈ ਕਨੈਕਟ ਨਹੀਂ ਹੋਊਗਾ ਜਦ ਕਿ ਅੱਜ ਸਰਕਾਰ ਬਣਨ ਦਾ ਸਰਫਜੇ ਸੇਮ ਹੀ ਨਹੀਂ ਹੋਏ ਇਹਨਾਂ ਨੇ ਹੁਣ ਕਨੈਕਟ ਸ਼ੁਰੂ ਵੀ ਕਰ ਦਿੱਤਾ ਸੀ ਤੁਹਾਨੂੰ ਜਿਹੜਾ ਨੋਟਿਸ ਦਿੱਤਾ ਵੀ ਕਦੋਂ ਤੁਹਾਨੂੰ ਹਟਾਇਆ ਜਾ ਕੋਈ ਗੱਲ ਨਹੀਂ ਕੋਈ ਨੋਟਿਸ ਨਹੀਂ ਦਿੱਤਾ ਨਾ ਵੀਰੇ ਦਿੰਦਿਆਂ ਨੇ ਕੰਪਨੀਆਂ ਇਹ ਇਹ ਠੇਕੇਦਾਰੀ ਸਿਸਟਮ ਆ ਦਾ ਚੱਪ ਕਰਕੇ ਆ ਕੇ ਬਸ ਇੰਨੀ ਸੇਤੀ ਵਧਦੀ ਲਾਹਿੰਦੇ ਨੇ 19 ਸੇਤੀ ਮਾਂ ਜਦੋਂ ਆਪਾਂ ਛੋਟੇ ਨਨਮਣਿਆ ਮਿੱਕਰ ਨਹੀਂ ਲੌਂਦੀ ਜਵਾਕ ਦੇ ਕੱਪੜੇ ਨਹੀਂ ਲੌਂਦੇਗੇ ਜਿੰਨੀ ਸੇਤੀ ਇਹ ਲਾ ਦਿੰਦੇ ਨੇ ਕਿਉਂਕਿ ਬਹੁਤ ਗੰਦਾ ਸਿਸਟਮ ਹੈ ਇਹ ਇਹ ਜਿਹੜੇ ਜਿਨ੍ਹਾਂ ਨੂੰ ਮਿਲਿਆ ਹੋਇਆ ਅਫਸਰਾਂ ਨੂੰ ਇਹ ਲਾਇਸੈਂਸ ਨੇ ਉਹ ਆਈਪੀਐਸ ਅਫਸਰ ਨੇ ਸਾਰੇ ਬਾਈ ਜੀ ਉਹ ਉਹ ਪਹਿਲਾਂ ਕੈਪਟਨ ਸਾਹਿਬ ਤੇ ਨੂੰ ਜਾ ਕੇ ਸਲੂਟ ਮਾਰਦੇ ਸੀ ਕਿਉਂਕਿ ਸੋਲਜਰ ਭਰਾਤੀਆ ਸੀ ਉਹਨਾਂ ਦਾ ਉਹਨਾਂ ਨੇ ਐਡਾ ਧੱਕਾ ਕਰਤਾ ਕੈਪਟਨ ਸਾਹਿਬ ਨੇ ਸਾਡਾ 16 ਦਾ 2016 21 ਦਾ 16 ਜੱਗਬਣੀ ਜਾ ਕੇ ਕੱਢ ਕੇ ਦੇਖ ਲਿਓ ਨਰਿੰਦਰ ਮੋਦੀ ਨੇ ਸੈਂਟਰ ਦੀ ਸਰਕਾਰ ਨੇ ਜਿਹੜਾ ਰੇਟ ਸੀ ਗਨਮੈਨਾਂ ਦਾ 25000 ਕਰਿਆ ਸੀ ਤੇ ਗਾਰਡ ਦਾ ਕਰਿਆ ਸੀ 15000 ਜਿਹੜਾ ਕਿ ਅੱਜ 10-10% ਵੱਧ ਕੇ 30199 ਰੁਪਏ ਰੇਟ ਆ ਸਾਡਾ ਪਰ ਸਾਨੂੰ ਮਿਲਦਾ 10872 ਰੁਪਏ ਕੱਢ ਕੇ ਦੇਖ ਲਓ ਪਹਿਲਾਂ ਤਾਂ 5600 ਸਰਕਾਰ ਕਿੰਨੀ ਘਟੇ ਚ ਵਗ ਜਾਂ ਹੁਣ ਸਾਡੇ ਕਰਕੇ ਘਟੇ ਚ ਜਾਂਦੀ ਹੈ ਸਰਕਾਰ ਯਾਰ ਇਸੇ ਦੇਸ਼ ਦੀ ਅੰਦਰੂਨੀ ਸੁਰੱਖਿਆ ਕਰਦਿਆਂ ਅੱਜ ਉਹ ਬਾਰਡਰਾਂ ਦਾ ਕਰਕੇ ਆਏ ਨੇ ਚਲੋ ਠੀਕ ਆ ਸੇਵਾ ਪਰ ਹੋਰ ਉਹਨਾਂ ਦੇ ਭੈਣ ਭਾਈ ਵਸਦੇ ਨੇ ਉਹਨਾਂ ਦਾ ਈ ਸੀ ਸੁਰੱਖਿਤੀ ਸੀ ਰੱਖ ਦਿਆਂਗੇ ਕੋਈ ਕਿਤੇ ਜਾਂਦੇ ਨੇ ਬੈਂਕਾਂ 'ਚ ਜਾਂਦੇ ਨੇ ਮੌਲਾ 'ਚ ਜਾਂਦੇ ਨੇ ਕਿਤੇ ਜਾਂਦੇ ਨੇ ਉੱਥੇ ਸੁਰੱਖਿਆ ਦੇ ਸੀ ਦਿੰਨੇ ਆ ਬਾਈ ਇਸੀ ਇੰਨੀ ਸੁਰੱਖਿਆ ਦੇ ਨੇ ਸੀ ਕਰੋਨਾ ਕਾਲ ਨੋਟਬੰਦੀ ਦੌਰਾਨ ਤੁਸੀਂ ਪੱਤਰਕਾਰ ਵੀਰਾਂ ਨੇ ਦੇਖਿਆ ਹੋਊਗਾ ਸਾਢੇ ਦੋ ਦੋ ਬੰਦਿਆਂ ਦੀਆਂ ਬਾਹਾਂ ਰਹਿ ਗਈਆਂ ਤੇ 100 ਬੰਦਾ ਹਜ਼ਾਰਾਂ ਦੇ ਕਿਲੋਮੀਟਰ 'ਚ ਬੰਦਾ ਧੱਕਾ ਮਾਰਨ ਵਾਲਾ ਸੀ ਸਾਨੂੰ ਕਰੋਨਾ ਟਾਈਮ ਬਾਈ ਸਾਨੂੰ ਪਤਾ ਵੀ ਇਸੇ ਕਿਵੇਂ ਵਰਤਨਾ ਸਾਨੂੰ ਗੇਟ ਤੇ ਖੜਨ ਕਰਕੇ ਹਰੇਕ ਬੰਦਾ ਕਹਿੰਦਾ ਬਾਈ ਬੈਲੈਂਸ ਪਛੇਤੋ ਤੁਹਾਡੇ ਪੱਤਰਕਾਰ ਭਰਾ ਵੀ ਆਉਂਦੇ ਨੇ ਤੇ ਪੁਲਿਸ ਮੁਨਾਜਮੇ ਸਾਰੇ ਆਉਂਦੇ ਨੇ ਅੰਦਰ ਕੋਈ ਸੋਨੂੰ ਪਤਾ ਹੀ ਆ ਪਰ ਅਸੀਂ ਸਾਰਿਆਂ ਦਾ ਕੰਮ ਕਰਕੇ ਦਿੰਨੇ ਆ ਜਾਨੀ ਕਿ ਅੱਜ ਤੁਸੀਂ ਮੰਗ ਪੱਤਰ ਤਾਂ ਦੇਤਾ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਆ ਗਈ ਗੱਲ ਬੰਤਰੀ ਦਾ ਬਾਈ ਮੋਢਾ ਫੜ ਕੇ ਮੰਗ ਪੱਤਰ ਦਿੱਤਾਗਾ ਸਮਝਾਇਆ ਅੱਗੇ ਨਾ ਕਰਿਆ ਫਿਰ ਉਹਨਾਂ ਵਾਸਤੇ ਦੇਖੋ ਮਾੜੀ ਗੱਲ ਹੈ ਅਸੀਂ 92 ਦੇ 92 ਐਮਐਲਏ ਸਾਹਿਬ ਨੂੰ ਮੰਗ ਪੱਤਰ ਦੇ ਚੁੱਕੇ ਆ ਪਰ ਸਾਡੀ ਕਿਸੇ ਵੀ ਗੱਲ ਤੇ ਕੋਈ ਕਿਸੇ ਨੇ ਗੌਰ ਨਹੀਂ ਕੀਤਾ ਜੀ ਅੱਜ ਤੱਕ ਵੀ ਕਿਉਂਕਿ ਸਾਡੇ ਭਰਾ ਜਿੰਨੇ ਵੀ ਜ਼ਿਲ੍ਹਿਆਂ ਦੇ ਵਿੱਚ ਹੈਗੇ ਆ ਉਹ ਸਾਰਿਆਂ ਨੇ ਆਪਦੇ ਆਪਦੇ ਜ਼ਿਲ੍ਹੇ ਦੇ ਐਮ.ਐਲ.ਏ. ਸਾਹਿਬ ਨੂੰ ਮੰਗ ਪੱਤਰ ਦਿੱਤਾਗਾ ਪਰ ਸਾਡੀ ਕਿਸੇ ਐਮ.ਐਲ.ਏ. ਸਾਹਿਬ ਨੇ ਸੀ.ਐਮ. ਸਾਹਿਬ ਦੇਕਰ ਸਾਨੂੰ ਨਹੀਂ ਪਤਾ ਗੱਲ ਪਹੁੰਚੀ ਹੈ ਜਾਂ ਨਹੀਂ ਪਰ ਸਾਡੀ ਗੱਲ ਨਹੀਂ ਸੁਣੀ ਗਈ ਠੀਕ ਹੈ ਜੀ ਆਪਣੇ ਸਾਨੂੰ 11800 ਦੇ ਰਹੇ ਉਹਨਾਂ ਨੇ 2.5% ਵਧ ਕੇ ਠੇਕਾ ਲੈ ਲਿਆ ਇਹ ਸਗੋਂ ਅਸੀਂ ਘਟ ਚ ਕੰਮ ਕਰ ਰਹੇ ਉਹਨਾਂ ਨੂੰ ਵਧ ਉਹਨਾਂ ਨੂੰ ਤਨਖਾਹ ਦੇਣਗੇ ਤੇ ਸਾਹਿਬ ਜੀ ਬਾਈ ਜੀ ਬਾਈ ਜੀ ਚੈਨਲ ਦਾ ਧੰਨਵਾਦ ਵੀਰ ਵੀਰੇ ਜਿਹੜੀ ਫੋਟੋ ਹੈ ਇਹ ਤੁਸੀਂ ਦੇਖ ਰਹੇ ਹੋ ਜਦੋਂ ਭਗਵੰਤ ਮਾਨ ਪਹਿਲੇ ਵਾਰ ਐਮਪੀਸੀ ਜਦੋਂ ਕੋਈ ਨਾਲ ਨਹੀਂ ਸੀ ਤੁਰਦਾ ਜਦੋਂ ਕੋਈ ਨਾਲ ਨਹੀਂ ਸੀ ਤੁਰਦਾ ਉਦੋਂ ਅਸੀਂ ਇਹਦੇ ਨਾਲ ਆ ਜਿਹੜੇ ਲੰਬਾ ਕਾਦਾ ਮੇਰਾ ਮੈਂ ਕੁਲਦੀਪ ਸਿੰਘ ਬੋਲ ਰਿਹਾ ਤੂਰੀ ਤੋਂ ਬਲੋਂਗ ਕਰਦਾ ਭਗਵੰਤ ਮਾਨ ਸਾਹਿਬ ਛੋਡੇ ਨਾਲ ਉਦੋਂ ਦੇ ਤੁਰੇ ਹੋਇਆ ਅੱਜ ਤੋਂ 8-9 ਸਾਲ 10 ਸਾਲ ਪਹਿਲਾਂ ਦੇ ਤੁਰੇ ਹੋਇਆ ਜਿਹੜਾ ਤੁਸੀਂ ਵਾਦਾ ਕੀਤਾ ਸੀ ਵੀ ਬੇਰ ਜੁਗਾਰੀ ਲਈ ਮੇਰਾ ਹਰਾ ਪੈਨ ਚੱਲੂਗਾ ਪਰ ਸਾਡੇ ਲਈ ਲਾਲ ਪੈਨ ਚੱਲ ਚੁੱਕਿਆ ਅਸੀਂ 1200 1100 ਬੰਦਾ ਸਿਵਲੀਆਂ ਆਣਾ ਸਾਡੇ ਬੱਚਿਆਂ ਦੀਆਂ ਫੀਸਾਂ ਸਰਦੇ ਸਾਡੇ ਘਰ ਦੇ ਜਿਹੜੇ ਹੋਰ ਖਰਚੇ ਨੇ ਅਸੀਂ ਕਿੱਥੋਂ ਚਲਾਵਾਂਗੇ ਸਾਡੇ ਜਿੰਨੇ ਵੀ ਬਜ਼ੁਰਗ ਘਰੇ ਬੈਠੇ ਨੇ ਅਸੀਂ ਕਿੱਥੋਂ ਦਵਾਈਆਂ ਦਵਾਵਾਂਗੇ ਕੋਈ ਸਾਨੂੰ ਕੁੱਲਤ ਨਹੀਂ ਕੋਈ ਸਾਡਾ ਬੀਮਾ ਨਹੀਂ ਸਾਡੀ ਡਿਊਟੀ ਦੇਖੋ ਕਿੱਥੇ ਆ ਪਹਿਲਾਂ ਜੇ ਤੁਸੀਂ ਚੈਨਲ ਵਾਲੇ ਵੀਰ ਜਾਣਦੇ ਹੋ ਪਹਿਲਾਂ ਜੇ ਕੋਈ ਲੁੱਟ ਖੋਹ ਦੀ ਬਾਤ ਡਾਟ ਹੁੰਦੀ ਹੈ ਸਾਡਾ ਕੋਈ ਬੀਮਾ ਨਹੀਂ ਪਹਿਲਾ ਨਿਸ਼ਾਨਾ ਗਨਮੈਨ ਨੂੰ ਬਣਾਇਆ ਜਾਊਗਾ ਕੀ ਸਾਨੂੰ ਪੁਲਿਸਟੀ ਸਾਡੇ ਬੱਚੇ ਕੀ ਕਰਨਗੇ ਸਾਡੇ ਤੋਂ ਬਾਅਦ ਦੂਜਾ ਨੰਬਰ 2 ਵੀਰੇ ਸਾਡਾ 10760 ਰੁਪਏ ਤਨਖਾਹ 10760 ਰੁਪਈਆਂ ਦੇ ਵਿੱਚੋਂ 3000 ਦਾ ਤੇਲ ਮੱਚ ਜਾਂਦਾ ਮਗਰ ਰਹਿ ਗਿਆ 7000 ਉਹ ਵੀ 7000 ਨਵੀਂ ਸਰਕਾਰ ਜਤੋਂ ਖੋ ਰਹੀ ਆ ਅਸੀਂ 92% ਟਾਂ ਦਿੱਤੀਆਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਪੂਰੇ ਜੂਥ ਨੇ ਵੋਟਾਂ ਪਾ ਕੇ ਦਿੱਤੀਆਂ ਨੇ ਦੂਜੀਆਂ ਪਾਰਟੀਆਂ ਆਪਦੀਆਂ ਫਿਰਦੀਆਂ ਸੀ ਅਸੀਂ ਜੂਥ ਨੇ ਇਸੇ ਲਈ ਜੂਥ ਬਾਹਰ ਜਾ ਰਹੇ ਆ ਜੂਥ ਕੈਨੇਡਾ ਜਾ ਰਿਹਾ ਜੂਥ ਆਸਟ੍ਰੇਲੀਆ ਜਾ ਰਿਹਾ ਜੂਥ ਨੇ ਕੱਲੀ ਕੱਲੀ ਗੱਲ ਕਹੀ ਵੀ ਨਹੀਂ ਪੰਜਾਬ ਦੇ ਵਿੱਚ ਬਾਹਰ ਆਸਟ੍ਰੇਲੀਆ ਕੈਨੇਡਾ ਤੋਂ ਸਾਡੇ ਦੋਸਤ ਗਏ ਉਹਨਾਂ ਦੇ ਫੋਨ ਆਏ ਆ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਉਣੀ ਆ ਵੀ ਬਦਲਾ ਜ਼ਰੂਰ ਆਊਗਾ ਇਹ ਸਾਡੇ ਲਈ ਬਦਲਾ ਇਹ ਸਾਡੇ ਲਈ ਸਾਨੂੰ ਜ਼ਾਹਿਰ ਕਰਨ ਲਈ ਮਜਬੂਰ ਕਰ ਦਿੱਤਾ ਸਾਡੇ ਉਹ ਖੁਦ ਕਿਛੀਆਂ ਹੁੰਦੀਆਂ ਦੇਖਿਓ ਤੁਸੀਂ ਵੀ 31 ਤਰੀਕ ਤੋਂ ਬਾਅਦ 8 31 ਦਾ ਟਾਈਮ ਟਾਈਮ ਦਿੱਤਾ ਇਹਨਾਂ ਨੇ ਸਾਨੂੰ ਪੈਸਕੋ ਕੰਪਨੀ ਨਾਲ ਇਸੇ ਇਸੇ ਮਹੀਨੇ ਦਾ ਟਾਈਮ ਦਿੱਤਾ ਵੀ ਅਜੇ 8 ਮਹੀਨੇ ਦੀ 31 ਤਰੀਕ ਤੋਂ ਬਾਅਦ ਸਾਨੂੰ ਘਰੇ ਤੋਰਿਆ ਜਾਊਗਾ ਇਦੋਂ ਬਾਅਦ 1100 ਬੰਦੇ ਦੇ ਵਿੱਚੋਂ 500 ਬੰਦੇ ਦੀਆਂ ਲਾਸਾਂ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋ ਗਈ ਜਿਹੜੀ ਸਾਨੂੰ ਬੇਰਜ਼ਗਾਰ ਤੋਂ ਹਟਾਰੀਆ ਸਾਡਾ ਇਹ ਜਿਹੜਾ ਮਕਸਦ ਆ ਅਸੀਂ 92 ਸੀਟਾਂ ਕੱਲੇ-ਕੱਲੇ ਘਰ ਜਾ ਕੇ ਹੱਥ ਬੰਨ੍ਹ ਕੇ ਬੇਨਤੀ ਕਰਕੇ ਵੀ ਬਦਲਾ ਚਾਉਣਿਆ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ ਹਰੇਕ ਪਿੰਡ ਦੀ ਸਟੇਟਮੈਂਟ ਕੱਢ ਲਿਓ ਝੂਠ ਨੇ ਵੋਟਾਂ ਪਾਈਆਂ ਨੇ ਪਰ ਮੈਂ ਭਗਵੰਤ ਮਾਨ ਸਾਹਿਬ ਚਾਹੇ ਦੀ ਮੇਰਾ ਗੁੱਸਾ ਕਰ ਲਿਓ ਅੱਜ ਤੁਸੀਂ ਛੱਡਣਾ ਧੋਖਾ ਕਰ ਰਹੇ ਹੋ ਅੱਜ ਸਾਨੂੰ ਬੇਰਜ਼ਗਾਰ ਕਰ ਰਹੇ ਹੋ ਪਰ ਜਿਵੇਂ ਅਸੀਂ ਛੋਟੇ ਲਈ ਹੱਥ ਬੰਨ੍ਹ ਕੇ ਲੋਕਾਂ ਦੇ ਘਰੇ ਜਾ ਕੇ ਵੋਟਾਂ ਮੰਗੀਆਂ ਨੇ ਪਰ ਇਸ ਲਈ ਸਾਨੂੰ ਇਨਸ਼ਾਫ ਨਹੀਂ ਮਿਲ ਰਿਹਾ ਅਸੀਂ ਇਸ ਲਈ ਅਪੀਲ ਕਰਦੇ ਆ ਅੱਗੇ ਛੋਡੀ ਮੰਨਣੀ ਨਾ ਮਰਨੀ ਛੋਡੀ ਮਰਜੀ ਆ ਵੱਡੇ ਵੱਡੇ ਇੱਥੇ ਤਾਂ ਥੰਮ ਡੇਗ ਤੇ ਪਹਿਲਾਂ ਬਦਲਾ ਦੇ ਖਾਤਰ ਵੱਡੇ ਵੱਡੇ ਥੰਮ ਡੇਗਿਆ ਕਾਦੋ ਡੇਗਿਆ ਜੇ ਉਹਨਾਂ ਨੇ ਵਾਅਦੇ ਕੀਤੇ ਪੂਰੇ ਨਹੀਂ ਕਰੇ ਤੁਸੀਂ ਕਿਹਾ ਸਾਡਾ ਹਰਾਪੇ ਨੇ ਚੱਲੂ ਅਸੀਂ ਨੌਕਰੀ ਲੈਣ ਨਹੀਂ ਆਏ ਅਸੀਂ ਆਪਣਾ ਹੱਕ ਲੈਣ ਆਏ ਆ ਸਾਡਾ ਤੋਂ ਸਾਡਾ ਹੱਕ ਖੋਹਿਆ ਜਾ ਰਿਹਾ ਬਿਲਕੁਲ ਜੀ ਸੋ ਸਿਵਿਲিয়ান ਗਨਮੈਨ ਨੇ ਜਿਹੜੇ ਕਹਿ ਰਹੇ ਨੇ ਕਿ ਸਾਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਕਿਉਂਕਿ ਕਿਤੇ ਨਾ ਕਿਤੇ ਪਹਿਲਾਂ ਗਨਮੈਨ ਕੋਆਪਰੇਟਿਵ ਬੈਂਕਾਂ ਨੇ ਜਿਹੜੀਆਂ ਉਹਨਾਂ ਵਿੱਚੋਂ ਲੰਮੇ ਸਮੇਂ ਤੋਂ ਆਪਣੀ ਜ਼ਿੰਮੇਵਾਰੀ ਆਪਣੀ ਡਿਊਟੀ ਨਿਭਾ ਰਹੇ ਨੇ ਪਰ ਅੱਜ ਮੁੱਖ ਮੰਤਰੀ ਪੰਜਾਬ ਧੂਰੀ ਵਿੱਚ ਪਹੁੰਚੇ ਉੱਥੇ ਉਹਨਾਂ ਨੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਕਿ ਸਾਨੂੰ ਬੇਰੁਜ਼ਗਾਰ ਨਾ ਕੀਤਾ ਜਾਵੇ ਕਿਉਂਕਿ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਆ ਕਿ ਰੁਜ਼ਗਾਰ ਦਿੱਤੇ ਜਾਣਗੇ ਪਰ ਸਾਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਇਹ ਸਿਵਲ ਲਾਈਨ ਗਨਮੈਨਾਂ ਦਾ ਕਹਿਣਾ ਕਿ 31 ਅਗਸਤ ਦਿੱਤੀ ਗਈ ਆ 31 ਅਗਸਤ ਨੂੰ ਸਾਨੂੰ ਕੱਢ ਦਿੱਤਾ ਜਾਵੇਗਾ ਜੋ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਸਾਡਾ ਪਰਿਵਾਰ ਪਾਲਦੇ ਆਂ ਸੀ ਕਿਤੇ ਨਾ ਕਿਤੇ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਊ ਅਤੇ ਵੱਡੇ ਪ੍ਰਦਰਸ਼ਨ ਕਰਾਂਗੇ ਕੈਮਰਮੈਨ ਰਜੀਵ ਸਰਮਨ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ